ਬਹੁਜਨ ਸਮਾਜ ਪਾਰਟੀ ਹਲਕਾ ਚੱਬੇਆਲ ਦੇ ਪ੍ਰਧਾਨ ਪਰਵਿੰਦਰ ਲਾਡੀ ਦਾ ਥਾਣਾ ਮੇਟੀਆਣਾ ਵਿਖੇ ਫੂਕਿਆ ਗਿਆ ਪੁਤਲਾ। ਬਹੁਜਨ ਸਮਾਜ ਪਾਰਟੀ ਮੁਰਦਾਬਾਦ ਦੇ ਨਾਅਰੇਬਾਜ਼ੀ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦੀ ਹੋਈ ਪੀੜਤ ਨਰਿੰਦਰ ਕੌਰ ਨੇ ਪਤਨੀ ਨਰੇਸ਼ ਕੁਮਾਰ ਵਾਸੀ ਮਾਨਾ ਨੇ ਦੱਸਿਆ ਕਿ 15 ਮਈ ਨੂੰ ਵਕਤ ਕਰੀਬ 6 ਵਜੇ ਮਨੀਸ਼ ਕੁਮਾਰ ਪੁੱਤਰ ਤੇਜਪਾਲ, ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਸਤਪਾਲ, ਪਰਵਿੰਦਰ ਕੁਮਾਰ ਉਰਫ ਲਾਡੀ ਪੁੱਤਰ ਨਿਰਮਲ ਕੁਮਾਰ, ਸੁਖਦੀਪ ਸਿੰਘ ਉਰਫ ਸੁੱਖਾ ਪੁੱਤਰ ਸੰਤੋਖ ਸਿੰਘ, ਸੁਰਿੰਦਰ ਕੌਰ ਪਤਨੀ ਸੰਦੀਪ ਕੁਮਾਰ ਅਤੇ ਅਣਪਛਾਤੇ ਵਿਅਕਤੀ ਮੇਰੇ ਘਰ ਅੰਦਰ ਦਾਖਲ ਹੋਏ ਅਤੇ ਮੇਰੇ ਪਰਿਵਾਰ ਨਾਲ ਗਾਲੀ ਗਲੋਚ ਕੀਤਾ, ਧਮਕੀਆਂ ਵੀ ਦਿੱਤੀਆਂ, ਜਦਕਿ ਪਰਵਿੰਦਰ ਕੁਮਾਰ ਅਤੇ ਰਵੀ ਕੁਮਾਰ ਮੇਰੇ ਨਾਲ ਅਸ਼ਲੀਲ ਹਰਕਤਾਂ ਕੀਤੀਆਂ, ਜਿਸ ਦੇ ਸੰਬੰਧ ਵਿੱਚ ਥਾਣਾ ਮੇਟੀਆਣਾ ਵਿਖੇ ਦੋਸ਼ੀਆਂ ਖਿਲਾਫ 452, 354, 303, 506, 509, 148 ਤਹਿਤ ਮਾਮਲਾ ਵੀ ਦਰਜ ਹੈ, ਪਰ ਦੋਸ਼ੀਆਂ ਨੂੰ ਪੁਲਿਸ ਗ੍ਰਿਫਤਾਰ ਨਹੀਂ ਕਰ ਰਹੀ। ਜਿਸ ਦੇ ਸੰਬੰਧ ਵਿੱਚ ਅੱਜ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਬਸਪਾ ਲੀਡਰ ਪਰਵਿੰਦਰ ਲਾਡੀ ਦਾ ਪੁਤਲਾ ਫੂਕਿਆ। ਇਸ ਸੰਬੰਧੀ ਜਦੋਂ ਥਾਣਾ ਮੇਟੀਆਣਾ ਦੇ ਮੁਖੀ ਸਬ ਇੰਸਪੈਕਟਰ ਦੇਸਰਾਜ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਕੇਸ ਦਰਜ ਕੀਤੇ ਹੋਏ ਨੇ, ਮੁਕੱਦਮੇ ਸੰਬੰਧੀ ਦੋਸ਼ੀਆਂ ਨੇ SSP ਸਾਹਿਬ ਕੋਲ ਇਨਕੁਆਇਰੀ ਪਾਈ ਹੋਈ ਹੈ, ਜੋ ਵੀ ਉੱਪਰੋਂ ਅਫਸਰ ਫੈਸਲਾ ਦੇਣਗੇ ਉਸ ਦੇ ਸੰਬੰਧ ਵਿੱਚ ਅੱਗੇ ਕਾਰਵਾਈ ਕੀਤੀ ਜਾਵੇਗੀ। ਮੇਟੀਆਣਾ ਤੋਂ ਹਾਂਜੀ ਕੀ ਨਾਮ ਆ ਤੁਹਾਡਾ ਜੀ? ਮੇਰਾ ਨਾਮ ਨਰਿੰਦਰ ਕੌਰ ਹੈ। ਕੀ ਮਸਲਾ ਜੀ ਤੁਸੀਂ ਇੱਥੇ ਥਾਣੇ ਪਹੁੰਚੇ ਆ? ਮੈਨੂੰ ਲਾਡੀ ਜਿਹੜਾ ਹੈ ਨਾ DSP ਦਾ ਪ੍ਰਧਾਨ, ਇਹ ਸਾਨੂੰ ਸਾਡੇ ਘਰ ਤੇ ਨਹੀਂ ਹਮਲਾ ਕੀਤਾ। ਠੀਕ ਹੈ ਜੀ। ਹਮਲਾ ਕਰਨ ਦੇ ਬਾਅਦ ਇਹਨੂੰ ਅਸੀਂ ਆਪਾਂ ਇੱਥੇ ਥਾਣੇ ਰਿਪੋਰਟ ਵੀ ਦਿੱਤੀ ਆ, 5-6 ਦਿਨ ਹੋ ਗਏ ਹਲੇ ਇਹ ਗ੍ਰਿਫਤਾਰ ਨਹੀਂ ਹੋਇਆ। ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਇਹਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ। ਪਰ ਪਿੰਡ ਦੇ ਕੁਝ ਪੰਚਾਇਤ ਮੈਂਬਰਾਂ ਦਾ ਕਹਿਣਾ ਕਿ ਤੁਸੀਂ ਆਪ ਹੀ ਪੰਚਾਇਤ ਦੇ ਵਿੱਚ ਇਹ ਮਸਲਾ ਲੈ ਕੇ ਆਏ ਸੀਗੇ। ਹਾਂ ਅਸੀਂ ਦਿੱਤੀ ਸੀ ਐਪਲੀਕੇਸ਼ਨ, ਇਹਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ, ਅਸੀਂ 3 ਦਿਨ ਉਡੀਕਦੇ ਰਹੇ। ਉਸ ਤੋਂ ਬਾਅਦ ਅਸੀਂ ਥਾਣੇ ਆ ਕੇ ਆਪਣੀ ਰਿਪੋਰਟ ਦਿੱਤੀ। ਹੁਣ ਤੁਸੀਂ ਕੀ ਮੰਗ ਕਰਦੇ ਆ? ਅਸੀਂ ਇਹ ਮੰਗ ਕਰਦੇ ਆ ਕਿ ਲਾਡੀ ਨੂੰ ਤਾਂ ਉਹਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ।
ਕੱਲ ਨੂੰ ਮੇਰੇ ਬੱਚਿਆਂ ਨੂੰ ਵੀ ਬਹੁਤ ਖਤਰਾ, ਸਾਡੇ ਘਰ ਦੇ ਆਲੇ ਦੁਆਲੇ ਬਹੁਤ ਘੁੰਮਦੇ ਆ ਇਹ। ਹਾਂਜੀ ਸਰ, ਅਜੇ ਪੁਤਲਾ ਫੂਕਿਆ ਗਿਆ ਬਸਪਾ ਪ੍ਰਧਾਨ ਦੇ ਖਿਲਾਫ, ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਬਸਪਾ ਪਾਰਟੀ ਦੇ ਕੁਝ ਵਰਕਰ ਤੇ ਕੁਝ ਲੀਡਰ ਕਹਿ ਰਹੇ ਕਿ ਰਾਜਨੀਤਿਕ ਦਬਾਅ ਹੇਠ ਪਰਚਾ ਜਿਹੜਾ ਹੋਇਆ, ਝੂਠਾ ਕੋਈ ਰਾਜਨੀਤਿਕ ਦਬਾਅ ਨਹੀਂ ਹੈ, ਝਗੜਾ ਹੋਇਆ ਪਿੰਡ ਵਿੱਚ, ਬੀਬੀ ਦੀ MLR ਤੇ ਕਦਮਾ ਦਰਜ ਕੀਤਾ ਗਿਆ ਲਾਡੀ ਗੁੱਡੀ ਉਹਨਾਂ ਦੇ ਖਿਲਾਫ, ਕੁਝ ਰਾਜਨੀਤਿਕ ਦਬਾਅ ਦਾ ਮਤਲਬ ਕੋਈ ਨਾ, ਕੋਈ ਗੁਜ਼ਾਰਿਸ਼ ਹੈ ਇਸ ਗੱਲ